ਕਿਥਾਂ ਕਿਹੜੇ ਕਮਰੇ ਚ ਨੇ ਇਹ ਕਮਰਾ ਜੋ ਅਸਨ ਦੇਖੋ ਇਹਦਾ ਬੰਦ ਹੈ ਚਾਚਾ ਰਹਿਮਤ ਸਵੇਰੇ ਸਵੇਰੇ ਉੱਠਦੇ ਪਹਿਲੇ ਮੋਬਾਈਲ ਲਿਖਦੇ ਇੱਕ ਵੀਡੀਓ ਬਣਾਉਂਦੇ ਟਿਕਟੋਕ ਦੀ ਉਹਦੇ ਬਾਅਦ ਵਾਲਾ ਚਾਰਜਿੰਗ ਦੇ ਨਾਲ ਖੜ ਵੈਂਦੇ ਪਤਾ ਨਹੀਂ ਕਿ ਚਾਚਾ ਰਹਿਮਤ ਕਿਆ ਹੀ ਸਵੇਰੇ ਸਵੇਰੇ ਪਰੇਸ਼ਾਨ ਤੇ ਆਵਦੇ ਓ ਯਾਰ ਮੋਬਾਈਲ ਤੋਂ ਚਾਰਜ ਚਲਾਉਂ ਕੱਲ ਮੋਬਾਈਲ ਚਾਰਜ ਚਲਾ ਤੇ ਡੇਢ ਘੰਟਾ ਮੋਬਾਈਲ ਲਗਾ ਦੇ ਲਗੇ ਬਾਅਦ ਵਿੱਚ ਇੱਥੇ ਅੰਦਰ 2% ਇਹ ਤਾਂ ਇਹਨਾਂ ਦਾ ਹਾਲ ਹੈ ਅਸਲਾਮ ਅਲੈਕੁਮ ਦੋਸਤੋ ਤੁਸੀਂ ਦੇਖਦੇ ਪਏ ਚਲਾ ਲਈ ਫਨੀ ਵਲੌਗ ਚੈਨਲ ਨੂੰ ਕਰਕੇ ਨਾ ਸਬਸਕ੍ਰਾਈਬ ਅੱਜ ਤੁਹਾਨੂੰ ਹਾਲ ਹਵਾਲ ਕਰੇ ਸੋ ਬਿਹਤਰੀਨ ਕਰਤੇ ਚਾਚਾ ਰਹਿਮਤ ਕਿੱਡੇ ਡੂ ਡੂ ਆ ਮਨ ਬਾਦਸ਼ਾਹ ਦੀ ਕੁਰਸੀ ਤੇ ਬੈਠੀ ਜਾ ਚੁੱਪ ਕਰਤੇ ਯਾਰ ਸਕੂਨ ਕਰਦੇ ਬੈਠੂ ਸਕੂਨ ਕਰੇ ਸੋ ਇਸ਼ਵਾਕ ਭਾਈ ਕੀ ਕਰਦੇ ਬੈਠਣ ਆਓ ਮੈਂ ਇਹਨਾਂ ਦਾ ਸਕੂਨ ਖਰਾਬ ਕਰਨ ਦਾ ਬੈਠਾ ਡੋਹੀ ਦਾ ਚਿੱਟਾ ਸੂਟ ਇਵੇਂ ਪਾ ਤੇ ਆ ਗਿਓ ਜਿਵੇਂ ਤੋ ਵਲੀਮੇ ਦੀ ਦਾਵਤ ਹੋਵੇ ਵਲੀਮੇ ਦੀ ਦਾਵਤ ਨਹੀਂ ਇੱਕ ਕਬਰਸਤਾਨ ਹੀ ਜੁੱਤਾ ਦੇ ਤਾਂ ਦੇ ਭੱਜ ਆਏ ਕਿਉਂ ਕਬਰਸਤਾਨ ਹੈ ਕਿਉਂ ਭੱਜ ਆਏ ਵੇ ਚਾਚਾ ਰਹਿਮਨ ਮਰੇ ਆਈ ਮੈਂ ਕਬਰ ਤੇ ਦੁਆ ਕਰਨ ਗਿਆ ਤੇ ਇਹ ਵੀ ਉੱਠੀ ਦੇ ਨਾਲ ਆ ਗਏ ਚਾਚਾ ਰਹਿਮਨ ਕਬਰ ਚੋਂ ਨਿਕਲਦੇ ਆ ਜੀ ਆ ਸਹੀ ਪਤਾ ਨਹੀਂ ਸਿਗਰਟ ਕਿਨਣ ਆਏ ਅੱਛਾ ਇਹ ਦਸਾਓ ਜੋ ਭਈ ਆਪਾਂ ਨਾਸ਼ਤੇ ਕਰ ਕੇ ਦੇ ਸੇ ਆਪਾਂ ਉੱਠੀ ਵੀ ਪੀ ਸੇ ਸਾਰਾ ਕੁਝ ਠੀਕ ਹੈ ਅੱਜ ਕੀ ਸ਼ਡਿਊਲ ਹੈ ਸ਼ਡਿਊਲ ਇਹ ਕਿ ਪਹਿਲੇ ਤੁਸੀਂ ਚੌਕ ਵਿੱਚ ਲੱਸੀ ਪੀਸੋ ਲੱਸੀ ਪੀਣ ਦਾ ਟਾਈਮ ਹੈ ਹੁਣੇ ਚਾਹ ਪੀਤੀ ਚਾਚਾ ਰਹਿਮਨ ਆਪਣੇ ਵਾਸਤੇ ਜਾਂ ਸਵੇਰੇ ਭਾਵੇਂ 2 ਵਜੇ ਕਰੇ ਦੇਖੋ 2:45 ਦਾ ਟਾਈਮ ਹੈ ਹੀ ਟਾਈਮ ਲੱਸੀ ਗੱਲ ਕਰਨ ਵਾਲੀ ਕੀਤਾ ਕਰੋ ਬੰਦਾ ਜਿਸ ਵੇਲੇ ਉੱਠਦੇ ਨਾ ਉਸ ਵੇਲੇ ਬੰਦੇ ਵਾਸਤੇ ਸਵੇਰ ਹੁੰਦੀ ਹੈ ਨਾ ਭਾਵੇਂ ਉੱਠੋ ਸਭ 5 ਵਜੇ 3 ਇਹ ਗੱਲ ਪੱਕੇ ਪੱਕੇ ਕਿਉਂ ਨਹੀਂ ਉੱਠੀ ਰਹਿੰਦੇ ਉੱਠੇ ਤਾਂ ਕਿ ਉਹ ਵਿਆਹ ਹੋ ਵਿਆਹ ਸੋ ਜਾ ਇਹ ਚਾਚਾ ਰਹਿਮਨ ਪੁੱਠੇ ਟਾਈਮ ਪੁੱਠਾ ਮਸ਼ਵਰਾ ਦੇ ਵਾਲਾ ਪੁੱਠੀ ਫਰਮਾਇਸ਼ ਕਰੇ ਸੇ ਇਹ ਹੁਣ ਨਾਸ਼ਤਾ ਕੀਤੇ ਨੇ ਚਾਹ ਪੀਤੀ ਹੈ ਨਾ ਚਾਹ ਪੀ ਤੇ ਹੁਣ ਆਦੇ ਵਿੱਚ ਲੱਸੀ ਪੀਵਣ ਜੁਲਦੇ ਆ ਜਿਹੜੀ ਚੀਜ਼ ਨਾ ਮੁਮਕਿਨ ਚਾਹ ਦੇ ਉਤੋਂ ਲੱਸੀ ਕੌਣ ਪੀਂਦੇ ਚਾਚਾ ਰਹਿਮਨ ਯਾਰ ਅਲੀਪੁਰ ਦੀ ਲੱਸੀ ਮਸ਼ਹੂਰ ਹੈ ਜੀ ਹਾਂ ਅਲੀਪੁਰ ਦੀ ਲੱਸੀ ਡਾਢੀ ਮਸ਼ਹੂਰ ਹੈ ਮੈਂ ਇਵੇਂ ਨਹੀਂ ਆਖਿਆ ਤੇ ਇਹੋ ਚਾਹ ਪੀਵਣ ਤੋਂ ਪਹਿਲੇ ਸੋਚਣਾ ਹੈ ਨਾ ਬਲਾ ਇਹ ਚਾਹ ਕਰਾਂ ਪੀ ਸਕੂ ਚਾਹ ਇੱਥਰਾ ਕੇ ਸਕੂ ਚਾਹ ਯਾਰ ਮੈਂ ਜ਼ਰੂਰੀ ਪੀਣਾ ਸਵੇਰੇ ਸਵੇਰੇ ਉੱਠੀ ਦੇ ਉੱਠਣ ਦੀ ਆਦਤ ਕਹਿੰਦੇ ਇਸ਼ਵਾਕ ਵੀ ਤੁਸੀਂ ਦੱਸੋ ਆਪਾਂ ਕਿਤੇ ਵੰਦਣਾ ਹੈ ਆਪਾਂ ਇੱਥੋਂ ਨਿਕਲਣੇ ਅਸਾਂ ਮੰਨਣੇ ਖਾਨ ਮਹਿਲ ਥੀਏਟਰ ਉੱਥਾਂ ਮੇਰਾ ਯਾਰ ਹੈ ਸ਼ਮਸ਼ੇਰ ਹਾਸ਼ਮੀ ਠੀਕ ਹੈ ਤੇ ਅਹਿਮਦ ਮਸਤਾਨਾ ਦਾ ਤੇ ਉੱਥਾਂ ਆਪਣਾ ਘਰ ਹੈ ਆਉਂਦਾ ਤਾਂ ਘਰ ਕਿਉਂਕਿ ਘਰ ਵਾਂ ਤੇ ਅਸਾਂ ਕੋ ਨੀਂਦ ਸੇ ਮਿਲ ਸਕਦੇ ਜੀ ਜੀ ਜੇ ਜਿਹੜੇ ਵੇਲੇ ਥੀਏਟਰ ਆ ਸੀ ਵਾਂ ਸਾਕੂ ਉਹ ਮਿਲ ਸੀ ਤੇ ਥੀਏਟਰ ਤਾਂ ਸੀ ਮਗਰਬ ਦੇ ਬਾਅਦ ਨਾ ਰਾਤ ਆਪਾਂ ਗਏ ਆ ਥੀਏਟਰ ਦੇ ਉੱਤੇ ਉਹ ਪਿਛਲੀ ਰਾਤ ਗਿਆ ਸੀ ਜਿੰਦਾ ਵਲੌਗ ਬਣਾਇਆ ਸੀ ਰਾਤ ਅਸਾਂ ਗਿਆ ਸੀ ਸਾਲਗਿਰਾ ਇੱਕ ਸਾਰੀ ਆਰਟਿਸਟ ਦੀ ਸਨਮ ਖਾਨ ਦੀ ਉਹਦੇ ਬਾਅਦ 5-10 ਮਿੰਟ ਚਾਚਾ ਰਹਿਮਨ ਬੈਠੇ ਕੇਕ ਕੱਟੀ ਜਾਣ ਤੋਂ ਪਹਿਲੇ ਚਾਚਾ ਰਹਿਮਨ ਨੇ ਤਿਆਰੀ ਚਾਹ ਕੀਤੀ ਆ ਕਿ ਅਸੀਂ ਚੁੱਲੋ ਚਾਹ ਪੀ ਆਓ ਯਾਰ ਚਾਹ ਦਾ ਦਿਲ ਕਰਨਾ ਪਿਆਣਾ ਹੁੰਦਾ ਜਿਸ ਟਾਈਮ ਦਿਲ ਕਰੇ ਬੰਦਾ ਦਿਲ ਕੋ ਨਾ ਤਰਸਾਵੇ ਅਸਲ ਗੱਲ ਹੈ ਸਹੀ ਚਾਚੇ ਰਹਿਮਨ ਦਾ ਉਹ ਕੰਮ ਹੈ ਕਿ ਜਿਹੜੇ ਵੇਲੇ ਸ਼ਿਕਾਰ ਨਿਕਲਦੇ ਨਾ ਤੇ ਕੁੱਤੀ ਕੋ ਕੰਮ ਯਾਦ ਆ ਜਾਂਦੇ ਇਹ ਟਾਈਮ ਸ਼ਿਕਾਰ ਦਾ ਟਾਈਮ ਹੈ ਤੇ ਕੁੱਤੀ ਕੋ ਮੋਤਰ ਆ ਗਿਆ ਚਾਚਾ ਰਹਿਮਨ ਤੇ ਪਤਾ ਹੈ ਆਪਣੀ ਗਾੜੀ ਦਾ ਟਾਇਰ ਬ੍ਰਸ਼ਟ ਕਰ ਗਏ ਜੀ ਤੇ ਤੁਹਾਨੂੰ ਚਾਹੀਦਾ ਹਾਂ ਤੁਸੀਂ ਟੀਮ ਦੇ ਵਿੱਚ ਸਾਰੇ ਕੋਲੋਂ ਸੀਨੀਅਰ ਵੱਡੇ ਬੰਦੇ ਵੇ ਮਿਸਾਲ ਕਿ ਸਾਰੇ ਬਜ਼ੁਰਗ ਵੇ ਦੂਜੇ ਲਫ਼ਜ਼ਾਂ ਦੇ ਵਿੱਚ ਉਵੇਂ ਤੁਸੀਂ ਨੌਜਵਾਨ ਹੈ ਵੇ ਤੁਹਾਨੂੰ ਚਾਹੀਦਾ ਸਵੇਰੇ ਤੁਸੀਂ 9 ਵਜੇ ਉੱਠੋ ਆ ਤੁਸੀਂ ਇਹ ਸਾਰਾ ਬੰਦੋਬਸਤ ਕਰ ਖੜਾ ਹੋਵਾਂ ਨਾ ਹਰ ਚੀਜ਼ ਓਕੇ ਥੀ ਵਜੇ ਬੰਦੋਬਸਤ ਛਾ ਪਏ ਹੁਣ ਦੂਜੇ ਪਿਓ ਇਨਸ਼ਾਅੱਲਾ ਟਾਇਰ ਦਾ ਚੇਂਜ ਕਰੇ ਨੂੰ ਤੇ ਬੁਲਾ ਤਿਆਰੀਆਂ ਕਰ ਕੇ ਸੁਭ ਆ ਗਿਆ ਲੇਕਿਨ ਚਾਚਾ ਰਹਿਮਨ ਤੂੰ ਆਖਿਆ ਕਿ ਸਵੇਰੇ 10 ਵਜੇ ਮੈਂ ਤੁਹਾਨੂੰ ਉੱਠੇ ਸਾਂ ਆਪਾਂ ਇਹ ਕੰਮ ਕਰਨੇ ਟਾਇਰ ਬਦਲਵਾਉਣੇ ਸਾਰਾ ਕੁਝ ਕਰਨੇ ਉਹ 10 ਵਜੇ ਛੋੜ ਤੇ 1:30 ਵਜੇ ਤੁਸੀਂ ਆਪ ਉੱਠਦੇ ਪਏ ਤੇ 6 ਵਜੇ ਸੌਂਦੇ ਕੌਣ 10 ਵਜੇ ਉੱਠਦੇ ਮੇਰਾ ਸੋਹਣਾ ਵੀਰਾ ਨਹੀਂ ਅਸਾਂ ਕਿਹਾ ਸੀ ਤੁਹਾਨੂੰ ਤੁਸੀਂ 6 ਵਜੇ ਸੁਮੋ ਆਪ ਤੁਸੀਂ ਜਾਗਦੇ ਪਏ ਰਹਿ ਗਏ ਅਸਾਂ ਚੰਗੀ ਭਲੀ ਕਮਰੇ ਦੀ ਲਾਈਟ ਆਫ ਕਰਦੇ ਹਾਂ ਚਾਚੇ ਰਹਿਮਨ ਕੋ ਅਚਾਨਕ ਮੋਬਾਈਲ ਯਾਦ ਆਵੇਂਦੇ ਉਹਦੇ ਬਾਅਦ ਵਲਾ ਲਾਈਟ ਆਨ ਕਰਦੇ ਵਲਾ ਮੋਬਾਈਲ ਵਾਲੇ ਪਾਸੇ ਪਤਾ ਨਹੀਂ ਕਿਆ ਲੱਭੇਂਦੇ ਰਾਤ ਕੋ ਸਾਰੇ ਚੋਰੀ ਚੋਰੀ ਓਏ ਯਾਰ ਉਹ ਗੱਲ ਕਹਿ ਨਹੀਂ ਬਸ ਤਾਂ ਕਿ ਮੋਬਾਈਲ ਚੈੱਕ ਕਰੋ ਵੀ ਕਿਆ ਸਾਰੇ ਜੀਆਂ 'ਚ ਕਿਆ ਚੱਲਿਆ ਸੀ ਕਿਆ मतलब ਪੀਰ ਸੀ ਵਾਕਈ ਆਈ ਥਿੰਕ ਇਹ 2-3 ਪੀਰ ਸੀ ਉਹਨਾਂ ਨੂੰ ਸੜੇ ਦਿਨ
ਤੇ ਉਹ ਰਾਤ ਬਾਲੇ ਵਾਸਤੇ ਪਾਪੇ ਕਹਿੰਦੇ ਹਨ ਤੇ ਚਾਚੇ ਦਾ ਇਮਾਨ ਨੇ ਸਾਗੂ ਪਤਾ ਕਹਿੰਦੇ ਅਸੀਂ ਲੱਭੇਂਦੇ ਵਧੇ ਹਾਂ ਰਾਤ ਜੋ ਪਾਪੇ ਗਏ ਕਿਤੇ ਇਹ ਤੇ ਸ਼ਵਾਗ ਬੇ ਨੇ ਸਾਗੂ ਦੱਸੇ ਜੋ ਬਈ ਆਪਣਾ ਪਾਪੇ ਤਾਂ ਚਾਚੇ ਰਹੀਮਨ ਨੇ ਮੋਟਰ ਦੇ ਨਾਲ ਲੁਕਾਰ ਕੇ ਚਾਚੇ ਰਹੀਮਨ ਇਹ ਗੱਲ ਵੈਸੇ ਚੰਗੀ ਨਹੀਂ ਉਹਨਾਂ ਦੇ ਬਾਲੇ ਨੇ ਨਾਸ਼ਤਾ ਕਰਨਾ ਮੈਂ ਕੋਈ ਇਹ ਦੱਸਾਂ ਹੁਣ ਲੱਭਣ ਵਧੇ ਦੇਖੋ ਯਾਰ ਗੱਲ ਇਹ ਪਾਪੇ ਮੈਂ ਸਿਰਫ ਹੀ ਵਾਸਤੇ ਲੁਕਾਰ ਕੇ ਜੋ ਸਵੇਰੇ ਸਵੇਰੇ ਜਿਵੇਂ ਹਮ ਸੈਨਾ ਵਾਲੋਂ ਕੋ ਕਈ ਆਪਣਾ ਕਈ ਗਰੀਬ ਬੰਦੇ ਕੋਲ ਜਿਹੜੇ ਸੋ ਉਹ ਤਾਂ ਪੈਸੇ ਵਾਲਾ ਬੰਦਾ ਪੀਰ ਮੈਂ ਤਾਂ ਕੋਈ ਸਹੀ ਗੱਲ ਦੱਸੇ ਨਾ ਕਿ ਇਹ ਪਾਪੇ ਹੀ ਕਿਉਂ ਲੁਕਾਏ ਕਿਉਂ ਉਹ ਬੰਦਾ ਸਾਗੂ ਇੱਥੋਂ ਜਿਹੜਾ ਹੈ ਨਾ ਖੈਂਟਾ ਉਹ ਅਖੇਲਾ ਰਹਿ ਕੇ ਉੱਠੋ ਚਾਹ ਪੀਵਣ ਜਲੂ ਤਕਵਾ ਤੇ ਚਾਹ ਪੀਵਣ ਜਲੂ ਸਹੀ ਹੈ ਸਾਗੂ ਵੀ ਕਿਸਮਤ ਮਾਰੀ ਅਸਾਂ ਵੀ ਤੁਰ ਪਏ ਨਾਲ ਸਹੀ ਹੈ ਇਹੋ ਤਕਵਾ ਤਕਵਾ ਤੇ ਪੁੱਜੇ ਹੈ ਹਾਂ ਉਹ ਬੰਦੇ ਨੇ ਚਾਹ ਦਾ ਆਰਡਰ ਦਿੱਤੇ ਵਲ ਪੁਰਾਠੇ ਆਏ ਚਨੇ ਆਏ ਨਾਲ ਅੰਡਾ ਆਏ ਚਾਚੇ ਰਹੀਮਨ ਨੇ ਡਬਲ ਚਾਹ ਪੀਤੀ ਹੈ ਸਹੀ ਹੈ ਮੈਂ ਵੀ ਡਬਲ ਚਾਹ ਪੀਤੀ ਹੈ ਮੈਂ ਤਾਂ ਤੁਹਾਨੂੰ ਪਤਾ ਮੈਂ ਡਬਲ ਹੀ ਪੀਣਾ ਹੁੰਦਾ ਮੈਂ ਵੀ ਡਬਲ ਚਾਹ ਪੀਤੀ ਹੈ ਬੰਨ ਹੀ ਉਹਦੇ ਬਾਅਦ ਮਸਲਾ ਗਿਆ ਤਾਂ ਯਾਰ ਸਭ ਹਾਂ ਹੁਣ ਚਾਹ ਪੀ ਤੇ ਅਸਾਂ ਬੈਠੇ ਹਾਂ ਉਹ ਬਿੱਲ ਬਣਵਾ ਆਏ 780 ਰੁਪਏ ਬਿੱਲ ਬਣੇ ਵਾਹ ਵਾਹ ਕੀ ਪਰਚੀ ਭਵਾਈਏ ਅਸਾਂ ਨੂੰ ਪਾ ਕੇ ਵੀ ਪੈਸੇ ਦੇ ਉਹ ਸਿੱਧਾ ਗਏ ਗੱਡੀ ਵਾਲੇ ਪਾਸੇ ਉੱਥੋਂ ਚਾਚੇ ਰਹੀਮਨ ਦਾ ਬੈਗ ਮੋਢੇ ਤੇ ਪਾ ਤੇ ਟੁੱਟ ਟੁਰ ਪਏ ਕਲ ਚੌਕ ਵਾਲੇ ਪਾਸੇ ਬਿਲਕੁਲ ਇਵੇਂ ਤਿਆ ਔਰ ਉਹ ਬਈ ਕੋਈ ਵੱਡੀ ਐਟਾ ਮੈਂ ਬੰਦਾ ਇੱਥੋਂ ਸਾਗੂ ਖੇਨ ਗਏ ਅੱਗੇ ਚੁੱਲੋ ਚਾਹ ਪਿਲਾਓ ਜਿਵੇਂ ਪੈਸੇ ਦੀ ਵਾਰੀ ਹੈ ਬੈਗ ਚਾਚੇ ਰਹੀਮਨ ਦਾ ਚਾਹਦਾ ਆਖੇ ਮੈਂ ਸਫਰੀ ਹਾਂ ਮੈਂ ਮੁਸਾਫਰ ਹਾਂ ਤੇ ਮੇਨ ਰੋਡ ਤੇ ਟੁਰ ਪਏ ਪਿੱਛੇ ਤੇ ਨਹੀਂ ਸੀ ਡਿੱਠਾ ਜੋ ਵੀ ਬਿੱਲ ਆਪੇ ਦੇ ਸਨ ਚਾਚੇ ਰਹੀਮਨ ਨੇ ਆਖਿਆ ਚਲੋ ਕੋਈ ਗੱਲ ਨਹੀਂ ਚਾਚਾ ਰਹੀਮਨ ਜਿਵੇਂ ਇੱਥਾਂ ਪੁੱਜੇ ਉਹਨੇ ਚੁੱਪ ਕਰਦੇ ਪਾਪੇ ਲੁਕਾਰ ਦੇਣਾ ਚਾਹ ਹੀ ਵਜ੍ਹਾ ਘਰੋਂ ਲੁਕਾਇਆ ਇੱਥਾਂ ਦੇ ਬਾਅਦ ਵਿੱਚ ਪੁੱਜੇ ਹੈ ਜਿਹੜੇ ਵੇਲੇ ਉਹ ਬੈਗ ਚਾਹ ਕੇ ਟੁਰੇ ਵੱਲ ਅਸਾਂ ਗੱਡੀ ਦੇ ਪਿੱਛੋਂ ਆਏ ਹਾਂ ਤੇ ਅੱਗੇ ਕਿਆ ਦੇਖਦੇ ਹਾਂ ਕਿ ਉਹ ਅੰਧਾ ਮਨ ਦੇ ਪਿੰਦਾ ਖੜੇ ਓਰੀਜਨਲ ਗੱਲ ਹੈ ਬਾਕੀ ਯਾਰ ਉਹ ਬਾਕੀ ਮੰਦਰ ਦੇ ਕਾਲਾ ਲਾ ਯਾਰ ਉਹ ਬੰਦਾ ਕੋਈ ਮੈਂ ਤਾਂ ਜੋ ਖਿਡੌਣਾ ਹੈ ਜਿਹੜੇ ਟਾਈਮ ਅਸਾਂ ਲੈਟਾ ਪੈਨ ਅਸਾਂ ਕਹਿੰਦੇ ਇਹ ਬੰਦਾ ਕੌਣ ਹੈ ਉਹ ਤਾਂ ਸਾਰੀ ਠੇਜੇ ਦੀ ਉਹ ਪੀਰ ਦਾ ਵੇ ਚਾਚਾ ਰਹੀਮਨ ਉਹ ਮਜ਼ਾਕ ਆਪਣੀ ਜਾ ਤੇ ਲੇਕਿਨ ਜਿਹੜਾ ਤੂੰ ਇਹ ਪਾਪੇ ਲੁਕਾਏ ਨੀ ਨਾ ਇਹ ਤੂੰ ਪਾਪੇ ਨਾਲ ਲੁਕਾਵੇਂ ਹਾਂ ਉਹਨੇ ਤੇ ਬਾਲ ਸਵੇਰੇ ਕਿਆ ਨਾਸ਼ਤਾ ਮੈਂ ਕੋਈ ਪਾਪੇ ਨਾਲ ਲੁਕਾਵਾਂ ਵੀ ਡਬਲ ਉਹਦੇ ਲੁਕਾਵਾਂ ਵੀ ਜਿਹੜੀ ਸ਼ੈ ਹੈ ਹੀ ਉਹ ਜੇ ਲੁਕਾਵਣੀ ਉਹਦੇ ਕੋਲ ਵਿਆਹ ਕਿਆ ਚਾਚਾ ਰਹੀਮਨ ਜੁਗਤ ਕਰੇ ਸੋ ਇਹਦੇ ਮੂੰਹ ਦੇ ਹਿਸਾਬ ਚੰਗੀ ਜੁਗਤ ਕਰੇ ਸੋ ਹੁਣੇ ਤੁਹਾਨੂੰ ਮੈਂ ਲੱਸੀ ਪਿਲਵਾ ਚਾਚਾ ਰਹਿਮਨ ਦੀ ਇਹ ਜੁਗ ਚੰਗੀ ਡੂ ਜੁਗ ਤਾਂ ਤੁਸਾਂ ਮਰੇ ਸੋ ਡੂ ਮਰੇ ਸਨ ਇਸ਼ਵਾਕ ਬਾਈ ਠੀਕ ਹੈ ਸਹੀ ਉਹਦੇ ਬਾਅਦ ਫੈਸਲਾ ਕਰੇ ਸੋ ਮਿੱਠੀ ਜੁਗਤ ਕਹਿੰਦੀ ਹੈ ਤੇ ਲੱਸੀ ਦਾ ਗਿਲਾਸ ਜਿਹੜਾ ਉਹ ਕਹਿ ਪੀਣਾ ਹੈ ਇਹ ਜੇ ਬੰਦੇ ਸਵੇਰੇ ਸਵੇਰੇ ਉੱਠੀ ਦੇਖੇ ਦਾਦਾ ਅੱਲਾ ਵਾਸਤੇ ਚਾਹ ਤਾਂ ਪਿਲਾ ਜੋ ਕਹਿਣਾ ਇੱਕ ਮੌਕਾ ਜ਼ਾਇਆ ਬਈ ਬਈ ਕਰੋ ਬਈ ਕਰੋ ਬਈ ਕਰੋ ਬਈ ਬਈ ਸਵੇਰੇ ਸਵੇਰੇ ਨਹੀਂ ਖਾ ਸਕਦੇ ਬਈ ਨਾ 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 ਇੱਕ ਜੁਗ ਤੁਹਾਡੇ ਰਾਂਝੀ ਜ਼ਹਿਨ ਤੇ ਜ਼ੋਰ ਪਾਓ ਨਿੰਦਰੂ ਉਠੇਵੇ ਹੀ ਟਾਈਮ ਅਜ਼ਮਾਇਸ਼ ਹੁੰਦੀ ਹੈ ਫਨਕਾਰ ਦੇ ਉੱਤੇ ਇੱਕ ਜੁਗ ਬਈ ਕਰੋ ਉਹਨੇ ਮੂੰਹ ਦੇ ਹਿਸਾਬ ਨਾਲ ਤੋਬਾ ਕਿਵੇਂ ਕਰਨੀ ਹੈ ਮੂੰਹ ਦੇ ਹਿਸਾਬ ਨਾਲ ਹਾਂ ਓਏ ਜਾ ਕਿਆ ਹੈ ਜਾ ਮੂੰਹ ਹੋਵੇ ਤਾਂ ਹੂੰ ਹਿਸਾਬ ਨਾਲ ਕਰੋ ਮੂੰਹ ਹੈ ਕਹਿ ਰਹੇ ਜਾ ਤੁਸਾਂ ਇਹਦੇ ਮੂੰਹ ਤੇ ਜੁਗਤ ਕਰ ਸਕਦੇ ਬਈ ਬਈ ਆਪਣਾ ਇਹਦਾ ਮੂੰਹ ਦੇਖੋ ਜਿਵੇਂ ਇਹ ਇੱਕ ਥਾਣ ਵਾਲੀ ਬੱਕਰੀ ਹੁੰਦੀ ਹੈ ਨਾ ਮੈਂ ਨਹੀਂ ਆ ਸਕਦਾ ਇਹ ਇਹਦਾ ਮੂੰਹ ਹੀ ਵੇਂ ਜਿਵੇਂ ਸ਼ੈਤਾਨ ਦੀ ਕਬਰ ਦੇ ਲੋਟ ਰੱਖਿਆ ਉਹਦੇ ਵਾਹ 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 ਖਾਲੀ ਤੁਸਾਂ ਮਰੇ ਨਹੀਂ ਤੁਹਾਡੀ ਕਬਰ ਤੇ ਰੱਖਣਾ ਆਈ ਇਹ ਤੁਸਾਂ ਰਹੀ ਹੈ ਇਸ਼ਵਾਕ ਵੀ ਹੁਣ ਤੁਸਾਂ ਕਰੇ ਤਾਂ ਚਾਚੇ ਰਹੀ ਮਨ ਕੋ ਡੂ ਬਿਹਤਰੀਨ ਜੁੱਤਾ ਸਹੀ ਉਹ ਸਭ ਬੰਦਾ ਨਾ ਸ਼ਾਦੀ ਤੇ ਅਚਾਨਕ ਫੌਤ ਦੀ ਤੇ ਨਾ ਪਰਲਿਆਂ ਦੀ ਸ਼ਾਦੀ ਖਰਾਬ ਕਰ ਦਿੰਦੇ ਬੰਦਾ ਪੁੱਛੇ ਚਾਵਲ ਹੁਣੇ ਦੇ ਸ਼ਾਦੀ ਬੇ ਦੀ ਤੂੰ ਮਾਮਾ ਲੱਗਦੀ ਅੱਛਾ ਇਹੋ ਸਮਾਂ ਬੰਦਾ ਨਾ ਦੇਗਾ ਪੱਕਦੀਆਂ ਹੁਣ ਤੇ ਨਾਲ ਖੜਾ ਇਵੇਂ ਘੁੰਮਦਾ ਰਹਿੰਦੇ ਇਹ ਰੋਟੀ ਖੁੱਟ ਵੇ ਸੀ ਬਈ ਖੁੱਟੇ ਨਾ ਖੁੱਟੇ ਤੂੰ ਮਾਮਾ ਲੱਗਦੀ ਸਹੀ ਗੱਲ ਹੈ ਇਹੋ ਜਿਹਾ ਬੰਦਾ ਇਵੇਂ ਖਾਮ ਕਾਕਾ ਇਹਦੀ ਕੜਾਈ ਬਣਦੀ ਪਈ ਹੋਵੇ ਨਾ ਇਵੇਂ ਨਾਲ ਵੰਜ ਖੜਜੇ ਅਸੀਂ ਚੌਕੀ ਦੇਰ ਲੱਗ ਗਏ ਸੇ ਬਈ ਜਿਤਨੀ ਦੇਰ ਲੱਗੇ ਵੀ ਤੇਰਾ ਕੜਾਈ ਦਾ ਵਾਸਤਾ ਹੈ ਪੈਸੇ ਹੂੰ ਭਰਨ ਖਾਵਣੀ ਹੂੰ ਤੇ ਤੂੰ ਵਿੱਚ ਮਸ਼ੋਰਾ ਕਰਨ ਆ ਗਈ ਇਹੋ ਜਿਹਾ ਦੇਗਿਆਂ ਵਾਲਾ ਹੁੰਦੇ
ਅਗੂ ਨਮਕ ਜ਼ਿਆਦਾ ਪਾ ਰਹੇ ਨੇ ਵਲਾ ਜੀ ਮੈਂ ਤਾਂ ਤੋਂ ਆਖਿਆ ਸੀ ਮੇਰੇ ਅਗੂ ਨਮਕ ਚਾਹ ਕੇ ਲਿਓ ਇਹ ਜਿਹਾ ਬੰਦਾ ਮਿਠਾਈ ਵਾਲੀ ਦੁਕਾਨ ਤੇ ਵੰਜਦੇ ਅੱਧਾ ਕਿਲੋ ਬਰਫੀ ਖਾ ਤੇ ਨਾਲ ਕਹਿੰਦੇ ਲੈ ਲਾ ਇੱਕ ਦਲੀ ਨਾਲ ਮੂੰਹ ਤਾਂ ਮਿੱਠਾ ਕਰਵਾਓ ਜਾ ਬੰਦਾ ਕਹਿੰਦੇ ਯਾਰ ਪਹਿਲੇ ਸਾਬਣ ਖਾ ਦੀ ਗਲੂਕੋਸ ਵਾਲਾ ਸ਼ੀਰਾ ਪੀ ਲੈ ਕਹਿੰਦੇ ਯਾਰ ਲੱਗਦਾ ਤਾਂ ਹੈ ਜੋ ਵਿੱਚ ਕੋਈ ਸਕਰੀਨ ਸੱਟੀ ਗਏ ਮਰ ਰਹੇ ਉਹ ਹੈ ਸ਼ੀਰਾ ਹਾਂ ਤੇ ਇਹੋ ਜਿਹਾ ਬੰਦਾ ਸ਼ੈਜ਼ਾਨ ਵਾਲੀ ਬੋਤਲ ਚ ਨਮਕ ਪਾ ਦਿਆ ਤੇ ਉਭਰਦੀ ਕਿਉਂ ਨਹੀਂ ਭਾਈ ਇਹੋ ਸਵਾ ਬੰਦਾ ਸਰਵਸਰ ਵਾਲੀ ਦੁਕਾਨ ਤੇ ਵਾਂਝੇ ਕਹਿੰਦੇ ਬਾਟਾ ਬਾਟਾ ਹੈ ਵਾਲਾ ਉਹ ਪਕੜਦੇ ਉਹ ਸਰਵਿਸ ਕਰੇ ਦਿਨ ਉਹਦੇ ਬਾਅਦ ਕਹਿੰਦੇ ਨਹੀਂ ਸਰਵਿਸ ਵੀ ਠੀਕ ਹੈ ਹਾਂ ਇਹ ਜਿਹਾ ਬੰਦਾ ਹੈ ਲੋਕ ਸੈਵੋਨਾ ਪੇ ਲੋਨ ਸੱਟੇ ਦੇਣ ਇਹ ਪਾਣੀ ਚ ਸਰਫ ਸੱਟੀ ਕੜਾਉਂਦਾ ਕਿਉਂ ਆ ਕੇ ਜੱਗੀ ਤਾਂ ਨਿਕਲਦੀ ਹੈ ਇਹ ਨਾ ਘਰ ਚੱਜ ਰਹੀ ਬਣਦੀ ਹੈ ਜ਼ਾਤੀ ਜੁਗਤ ਦੀ ਪਰਸਨਲ ਜੁਗਤ ਚਾਚਾ ਰਹੀਮਨ ਮੇਰੇ ਕੋਲ ਲੱਗਦੇ ਨਾ ਇਸ਼ਵਾਕ ਭਾਈ ਦਾ ਲੱਸੀ ਪੀਵਣ ਦਾ ਮੂਡ ਹੈ ਨਾ ਤੁਹਾਡਾ ਪੀਵਣ ਦਾ ਮੂਡ ਹੈ ਮੈਂ ਮਰੇ ਨਾ ਗਾਡੀ ਕੋਈ ਸਲਫ ਤੇ ਮੈਂ ਆਪ ਪੀਮ ਨਾ ਜਿਹੜਾ ਤੂੰ ਜੁਗਤਾ ਤੂੰ ਮੇਰੇ ਕੋਲ ਸੁਣਾਈ ਨਾ ਚਾਚਾ ਰਹੀਮਨ ਤੇਰੀ ਲੱਸੀ ਵੀ ਕੈਂਸਲ ਇਸ਼ਵਾਕ ਭਾਈ ਵੀ ਕੈਂਸਲ ਸਾਰਾ ਕੁਝ ਕੈਂਸਲ ਚਲੋ ਲੱਸੀ ਚਾਹ ਕੈਂਸਲ ਹੈ ਚਾਚਾ ਰਹੀਮਨ ਤੇ ਕੋ ਮੈਂ ਜੂਸ ਪਿਲਵਾਵਾਂ ਕਿਹੜਾ ਜੂਸ ਪੀ ਸੀ ਫਰੈਸ਼ ਜੂਸ ਦਾ ਨਾਂ ਦੱਸਾ ਕੋ ਮੈਂਗੋ ਠੀਕ ਹੈ ਯਾਰ ਮੈਂਗੋ ਮੈਂਗੋ ਦਾ ਮੌਸਮ ਖਤਮ ਥੀ ਗਿਆ ਤੇ ਬਨਾਨਾ ਠੀਕ ਹੈ ਬਨਾਨਾ ਕਿਆ ਹੁੰਦੇ ਕੇਲੇ ਕੇਲੇ ਕੱਚੇ ਹੁੰਦੇ ਪੈਨ ਤੇ ਆਪਾਂ ਪਕਾ ਕੇ ਨਹੀਂ ਸੁੱਕਿਆ ਹੈ ਆਪਾਂ ਕਿਹੜਾ ਭੱਠੀ 'ਚ ਪਕਾਉਣੇ ਨੇ ਚਾਚਾ ਰਹੀਮਨ ਕੇਲੇ ਦਾ ਜੂਸ ਸਹੀ ਨਹੀਂ ਬਣਦਾ ਪਿਆ ਅੱਜ ਕੱਲ੍ਹ ਕੋਈ ਕੁੰਬਿਆ ਫਰੂਟ ਮੈਂ ਚਾਚਾ ਰਹੀਮਨ ਕੋ ਮਿਲਕ ਸ਼ੇਕ ਪਿਲਵੇ ਸਾਂ ਸਵੀਟ ਕੀ ਦੁਨੀਆ ਮੇ ਮਲੋਕਾਂ ਦਾ ਪੀਸੋ ਜਾਂ ਸਾਰੇ ਲੋਕਾਂ ਦਾ ਪੀਸੋ ਜਾਂ ਇਹਨੇ ਕੋਈ ਛੱਡੂ ਫਲੇਵਰ ਪਿਲਾਓ ਛੱਡੋ ਛੱਡੋ ਯਾਨੀ ਛੱਡੋ ਨਾ ਚਾਚਾ ਰਹੀਮਨ ਸੀਰੀਅਸ ਅੱਜ ਤੋਂ ਜਿਹੜਾ ਜੂਸ ਅੱਗੇ ਸੀ ਨਾ ਮੈਂ ਦੇਖੋ ਪੈ ਪੂਰੇ ਸ਼ਹਿਰ ਚ ਲੱਭ ਤੇ ਪੀ ਲੈ ਯਾਰ ਇਹ ਅਲੀ ਪੋਰੀ ਮਜ਼ਾ ਜੂਸ ਤੋਂ ਬਾਅਦ ਕੋਈ ਸ਼ਾਇ ਨਹੀਂ ਲੱਭਣੀ ਬਸ ਠੀਕ ਹੈ ਜਿਹੜਾ ਕੁਝ ਲਭਸੇ ਪਿਆ ਤੇ ਨਸੀਬ ਦਾ ਦੇਖੋ ਤੁਸੀਂ ਬੰਦਾ ਆਪਣੇ ਤਰਫੋਂ ਕੁਝ ਨਹੀਂ ਆਖ ਸਕਦਾ ਵੇਸੂ ਤੇ ਵੰਜਦਾ ਜ਼ਹਿਨ ਬੜੇ ਸੂ ਜਿਹੜੀ ਸ਼ਾਇਦ ਨਸੀਬ ਦੀ ਹੈ ਮਿਲ ਵੇਸੇ ਲਾ ਲਾ ਬੰਦਾ ਹਾਂ ਜਿਹੜੇ ਜੂਸ ਦੇ ਪੈਸੇ ਨਿਕਲ ਆਏ ਜੇ ਹਾਂ ਦੇਖ ਸੂ ਵੀ ਪੈਸੇ ਚੋਖੇ ਨਿਕਲਦੇ ਨੇ ਜੇਬ ਵਿੱਚੋਂ ਚਲੋ ਠੀਕ ਹੈ ਆਪਾਂ ਜੁਲਦੇ ਹਾਂ ਗਾਡੀ ਸਟਾਰਟ ਕਰੋਗੇ ਆਸਿਮ ਖਾਨ ਲਗਾਰੀ ਸਾਹਿਬ ਦੀ ਦੁਕਾਨ ਦੀ ਤਾਂ ਮਾਸ਼ਾਅੱਲਾ ਮੋਬਾਈਲ ਸ਼ੋਪ ਹੈ ਉਹਨਾਂ ਦੀ ਉੱਤਾਂ ਵੇਂਦੇ ਹਾਂ ਜ਼ਰਾ ਆਪਾਂ ਮੋਬਾਈਲ ਕੋ ਥੋੜ੍ਹਾ ਜਿਹਾ ਮੇਨਟੇਨ ਕਰਵਾਉਂਦੇ ਹਾਂ ਮੇਨਟੇਨ ਕਰਵਾ ਦੇ ਉਹਨਾਂ ਕੋ ਮਿਲਦੇ ਹਾਂ ਅਗਰ ਉਹ ਬੈਠੇ ਨੇ ਤਾਂ ਨਹੀਂ ਬੈਠੇ ਤਾਂ ਵਾਲਾ ਕੋਈ ਵਿਆਹ ਕੋਈ ਕੰਮ ਕਰਵਾਉਂਦੇ ਹਾਂ ਇੱਕ ਮੇਰੇ ਜ਼ਹਿਨ 'ਚ ਇੱਕ ਜਗ੍ਹਾ 'ਤੇ ਵੰਜਣਾ ਹੈ ਆਪਾਂ ਅਤੇ ਉੱਥਾਂ ਵੇਸੂ ਆਪਾਂ ਥੀਏਟਰ ਵੀ ਵੰਜਣਾ ਫਨਕਾਰ ਮੇਰੇ ਖਿਆਲ ਸੁੱਤੇ ਪਿਓ ਸਨ ਅਤੇ ਅੱਲਾ ਖੈਰ ਕਰੇ ਸੀ ਅਸੀਂ ਨਿਕਲਦੇ ਹਾਂ ਅਤੇ ਵੱਲ ਦੇਖਦੇ ਹਾਂ ਜੇ ਵੀ ਤੁਹਾਨੂੰ ਕਿਆ ਕਿਹੜਾ ਮੰਜ਼ਾ ਟਿਕੇ ਨੂੰ ਥੀਏਟਰ ਦਾ ਜਾਂ ਦੁਕਾਨ ਦਾ ਡੂ ਆਪਸ਼ਨ ਸਾਰੇ ਜ਼ਹਿਨ 'ਚ ਰਸਤੇ ਜਿੱਥਾ ਸਾ ਕੋਈ ਜਿਹੜਾ ਵੀ ਬੰਦੇ ਟੱਕਰ ਗਿਆ ਸਾਨੂੰ ਸਹੀ ਫਿਰ ਉਹਨੇ ਔਖੇ ਕਰ ਗਏ ਸੂ ਜੀ ਜੀ ਇਨਸ਼ਾਅੱਲਾ 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 ਕਿਆ ਮੇਰੇ ਨਿਕਲ ਸੋਚੋ ਜਿਹੜਾ ਮੰਜ਼ਰ ਸੋਹਣਾ ਲੱਗਸੇ ਅਤੇ ਸਾਡੇ ਦੋਸਤੇ ਭਰਾਵੇਂ ਕੋ ਵੀ ਸਾਡੇ ਰਸੇਬ ਕੋਈ ਚੰਗਾ ਲੱਗਸੇ ਅਤੇ ਉਹ ਲਿਖੇ ਸੀ ਇਨਸ਼ਾਅੱਲਾ ਮਜ਼ਾਬ ਸੇ ਅਲੀਪੁਰ ਦਾ ਇਲਾਕਾ ਸਹੀ ਤਾਰੀਖੀ ਸ਼ਹਿਰ ਅਲੀਪੁਰ ਅਲੀਪੁਰ ਦੇ ਮੇਨ ਮੇਨ ਮੰਜ਼ਰ ਜਿਹੜੇ ਨੇ ਤੁਹਾਨੂੰ ਲਿਖੇ ਸੂ ਖੂਬਸੂਰਤ ਹੈ ਜਿਹੜੇ ਹਾਂ ਅੱਜ ਇੱਥੋਂ ਅਸਾਂ ਇੱਕ ਕੰਮ ਮੁਕਾ ਤੇ ਵੱਲ ਅਸਾਂ ਨਿਕਲ ਸੂ ਉੱਚ ਸ਼ਰੀਫ ਠੀਕ ਹੈ ਕਿਉਂਕਿ ਪਿਰਾਵੇ ਕੋ ਉੱਚ ਸ਼ਰੀਫ ਦੀ ਵੀ ਸੈਰ ਕਰਵੇ ਸੂ ਠੀਕ ਹੈ ਅਤੇ ਉੱਥਾਂ ਵੀ ਦੱਸੇ ਸੂ ਕਿ ਸਾਡਾ ਕਿਆ ਮਾਹੌਲ ਹੈ ਅਸਾਂ ਕਿਹੜੇ ਕੰਮ ਵਾਲਾ ਹੈ ਅਤੇ ਮੇਰਾ ਖਿਆਲ ਹੈ ਉੱਠੋ ਜੀ ਅੱਛਾ ਹਾਂ ਥੈਂਕ ਬਾਏ ਓਕੇ ਗਾਇਸ ਕਿੱਥਾਂ ਪਹੁੰਚ ਗਿਆ ਹੈ ਅਸਾਂ ਪਹੁੰਚ ਗਿਆ ਔਰ ਅਸਾਂ ਕਿਸੇ ਪਹਿਲੇ ਅਸਾਂ ਜਿਹੜਾ ਨਾ ਆਪਣੇ ਫਨਕਾਰਾਂ ਨੂੰ ਉੱਥੇ ਆਉਂ ਕਿਉਂਕਿ ਅੱਜ ਅਸਾਂ ਇੱਥਾਂ ਕਰ ਲਾਸਟ ਡੀ ਅਸੀਂ ਅੱਜ ਅਸਾਂ ਸਫ਼ਰ ਕਰਨਾ ਹੈਗੀ ਅਤੇ ਵੇਹਦੇ ਹਾਂ ਦੇਖੋ ਫਨਕਾਰ ਕਿਆ ਕਰੇਗਾ ਪੈਂਦੀ ਲੋ ਸਹੀ ਸ਼ਮਸ਼ੀਰ ਹਾਸ਼ਮੀ ਸਾਹਿਬ ਵੀ ਖੜੇ ਤੁਹਾਡਾ ਸ਼ਗਿਰ ਨਹੀਂ ਪਤਾ ਹਾਸ਼ਮੀ ਸਾਹਿਬ ਵੀ ਹਨ ਕੁਰੈਸ਼ੀ ਸਾਹਿਬ ਵੀ ਹਾਸ਼ਮੀ ਕੁਰੈਸ਼ੀ ਹਨ ਸਹੀ ਸਹੀ ਗੱਲ ਹੈ ਹਾਸ਼ਮੀ ਵੀ ਹਨ ਕੁਰੈਸ਼ੀ ਵੀ ਹਨ ਸਹੀ ਗੱਲ ਕੁੰਡੀ ਲੱਗਦੀ ਕਿ ਨਹੀਂ ਕਮਰੇ ਦੀ
इमरान डिप्लो साहब सारे स्टेज ते बहुत अच्छे आर्टिस्ट सही इमरान डिप्लो साहब सारे दोस्त ते को क्या है ते सुते बयान ना के सब देखते उठी पे ए मक्खन है मक्खन ए मक्खन है ते शमशेर अली हाशमी साहब की तन सी हाशमी साहब से उठे ते पता नहीं कि पिनन मंगण गए ए तो भी कौन है देखो कच्चे पक्के रूटां दे शहजादे तो कोई आ तो उठाड़ते तो सारी तां अंदर पूरी है हां इंशाल्लाह पूरी है कदे टाइम ना लाके मैं बखरा करके कट्ठी अमाउंट इनाम थी गई तो हिस्सेदार असा पहुंच गए ना क्यों निकले गए कटन तो बैठ जाना चाचा रहीमन को हमेशा जल्दी होंगी है मैं जरा आया तू मिनट दे विच अपने व्यूअर्स को खैर बात कर दे ते ए सारा तक व्यू दिखाऊं मामला सिस्टम ए टोटल थिएटर है बाकी कमरे सारे टोटल बाकी अल्लाह खैर करे सी इंशाल्लाह व्यूअर्स असा नाल है तुहारे तुसा नाल हो सारे जिवें तुसा मोहब्बत देंदे पे वे आई लव यू और जेड़े भी दोस्त समझते पे सारे चैनल को सब्सक्राइब लाजमी करे सन अल्लाह हाफिज़।